ਨੰਬਰਦਾਰ ਤੇ ਜੱਗੀ ਤੇ ਬਈ ਦੇ ਕੱਲ ਦਾ ਸੁਖਮਨੀ ਸਾਹਿਬ ਦਾ ਪਾਠ ਹੈ ਤਰੀਕ 2 ਤਰੀਕ ਦਿਨ ਐਤਵਾਰ ਦਾ 2 ਅਪ੍ਰੈਲ ਦਾ ਆਪਣੇ ਬਾਈ ਜੀ ਖੜੇ ਫੋਨ ਤੇ ਗੱਲ ਕਰ ਰਹੇ ਨੇਗੇ ਮਾਲਕ ਆ ਗਏ ਹਾਂਜੀ ਮਾਲਕ ਜੀ ਦੱਸੋ ਬਿਨਾਂ ਤੇ ਫਿਰਦੇ ਹੋ ਬਾਈ ਨਹਾਉਣਾ ਯਾਰ ਕੰਮ ਚ ਬਹੁਤ ਢੋਲ ਚ ਰਹਿ ਗਏ ਅੱਛਾ ਕੰਮ ਚੋਲ ਚ ਰਹੇ ਹੋ ਚੱਲ ਕੋਈ ਨਾ ਹਾਂਜੀ ਬਾਬੇ ਹੋ ਕਿਹੜੇ ਹਲਵਾਈ ਨਾਲ ਕੰਮ ਕਰਿਆ ਹੋਇਆ ਕਿਹੜੇ ਹਲਵਾਈ ਨਾਲ ਕੰਮ ਕਰਿਆ ਹੋਇਆ ਅਸੀਂ ਕੋਈ ਦਾਤਾ ਹਲਵਾਈ ਦਾਤਾ ਹਲਵਾਈ ਚੈਨੀ ਕੇ ਵਿਆਹ ਚ ਵੀ ਤੁਸੀਂ ਦੀ ਗੱਲ ਬਾਈ ਹੈ ਤੈਨੂੰ ਪਤਾ ਆਪਾਂ ਵਿਆਹ ਦੇ ਪ੍ਰੋਗਰਾਮ ਵਾਸਤੇ ਖਾਣ ਦੇ ਟਾਈਮ ਤੇ ਅੱਛਾ ਆਮ ਮਸ਼ੀਨ ਨੂੰ ਆਪਰੇਟ ਤੂੰ ਕਰ ਰਿਹਾ ਹੈ ਆਹ ਸਤਿ ਸ਼੍ਰੀ ਅਕਾਲ ਬੇਬੇ ਆ ਵੀਡੀਓ ਬਣ ਰਹੀ ਆ ਤੇਰੀ ਹਾਂ ਜੱਗੀ ਹੋਰੀ ਕਹਿੰਦੇ ਸਾਰਿਆਂ ਦੀ ਵੀਡੀਓ ਬਣਾ ਦੇ ਚੱਲ ਬਣਾ ਲੈ ਵੀ ਕੰਮ ਧੰਦੇ ਕਰਦੇ ਆ ਦੀ ਵਧੀਆ ਜੀ ਵਧੀਆ ਹੱਥ ਧੋ ਕੇ ਮਾਰ ਰਿਹਾ ਚ ਹਾਂ ਹਾਂ ਹੱਥ ਧੋ ਕੇ ਮਾਰ ਰਿਹਾ ਵੇਖ ਹਮਨੇ ਪਾਤੜਾ ਤੋਂ ਆਣ ਸਾਰੋਂ ਨੇ ਮੈਨੂੰ ਇਹੀ ਕਿਹਾ ਕਹਿੰਦਾ ਖਾਣ ਨੂੰ ਹੈ ਕੁਛ ਠੀਕ ਹੈ ਠੀਕ ਹੈ ਬਣਾ ਲਓ ਖਵਾ ਦੇ ਰੋਟੀ ਵਿੱਚ ਨੂੰ ਬਣੀ ਜਾਂਦੇ ਕਰੋ ਤਿਆਰ ਫਿਰ ਪਾ ਕੇ ਦਿੰਦੇ ਉਹਨਾਂ ਨੂੰ ਹੋਰ ਪਾ ਕੇ ਰੋਟੀ ਪਾ ਤੂੰ ਸਬਜ਼ੀ ਬਣੀ ਬਈ ਅੱਛਾ ਰੋਟੀ ਬਣ ਗਈ ਕੰਜੂ ਆਖੋ ਕਿਵੇਂ ਹੋ ਠੀਕ ਆ ਪ੍ਰੂਪਿਆ ਦਾ ਉਧਰ ਫਿਰਦਾ ਮੈਂ ਕਿਹਾ ਪਿੱਛੋਂ ਦੀ ਗਲੀ ਵਿੱਚੋਂ ਦੀ ਨੰਗੜਾ ਇਧਰ ਮਸ਼ੀਨ ਜੀ ਤੇ ਉਹ ਕਰ ਰਹੀ ਸੀ ਇਹ ਕਹਿੰਦਾ ਪ੍ਰੂਪਿਆ ਦਾ ਡਰ ਲੱਗਦਾ ਮੈਂ ਪ੍ਰੂਪਿਆ ਦਾ ਚੈਨੀ ਨਾਲ ਫਿਟਿੰਗ ਕਰਾ ਰਿਹਾ ਠੀਕ ਹੈ ਕੀ ਦੇਖ ਰਹੇ ਹੋ ਬਸ ਇੱਟਾਂ ਕਿਤੇ ਵੀ ਉਧਰ ਕੱਚਾ ਨਹੀਂ ਹੈਗਾ ਹਨਾ ਕਿਤੇ ਲੱਗਦੀ ਨਹੀਂ अच्छा रोटी तैयार है अमन उ सवेर का ही फिर उतना कि कुछ खाना हों दुकान तीन चार घर लग गया गा हलवाई उधर ला लेने पाले के हो रहा है बंद लिया करता तू भी नौना दी गल हाँ उधरों माल चक के लेना पुगर थलेटा ला के थले रख लेंगे पाले की चक चक खाई चल लगे नाले उधर सौखा अपन इधर सामने औखा हो तू ना हाथ लाए कर समान इन परसों तक जमा नहीं टोकना है अच्छा बर्त रख गया ओए तू ना समान हाथ लाए कर असि आप ही ले जांगे चल असि आप ओए पानी कितने बारी लादा तेरा दोबारे तो नाला हो जूगा यार समान किथे लेके जाना है उधर परले पाले के पानी काटना ओ एदा लंबा रूट है यार गेट चो टेडा करके टपा दे बेबे सत श्री अकाल कबूल नहीं करी तां हाँ वीडियो बन रही है जगी के प्रोग्राम दी आपां नेट ते चाड़ दांगे हाँ मुंडे काम कर रहे ने वधिया चमचे पहली सांभ लै आपदे सांभ ले असी असी फिर एक मिनट होए गुरविंदर नहीं आ ठीक है
ਬਈ ਆ ਸਾਂਭਲਾ ਆਪਦਾ ਜੇਬ ਚ ਪਾ ਲੈ ਸਮਾਨ ਖਾਣ ਪੀਣ ਨੂੰ ਕੋਈ ਨਾ ਉਹਨਾਂ ਨੇ ਤਾਂ ਚਮਚੇ ਸਾਹਮਣੇ ਤੇਰੇ ਲਈ ਆ ਓਏ ਕਿਤੇ ਟਾਈਮ ਤੇ ਚਮਚਾ ਲੱਭੀ ਜਾਵੇ ਵੀ ਚਮਚਾ ਕਿੱਥੇ ਹਾਂ ਚਾਂ ਓਹੋ ਕੰਮ ਤਾਂ ਮੁੰਡੇ ਕਰਦੇ ਨੇ ਸੰਦੀਪ ਤੁਹਾਨੂੰ ਸਪੈਸ਼ਲ ਬੇਨਤੀ ਆ ਵੀ ਰੋਟੀ ਬਿਨਾ ਖਾਦੇ ਜਾਣਾ ਰੋਟੀ ਬਿਨਾ ਖਾਦੇ ਜਾਣਾ ਕਿਵੇਂ ਜੇ ਕਿਹਾ ਧੀਆ ਹਾਂ ਰੋਟੀ ਖਾਏ ਬਿਨਾ ਨਹੀਂ ਜਾਣਾ ਠੀਕ ਆ ਹੁਣ ਚੱਕ ਲੈ ਬਈ ਤੂੰ ਐ ਮੜਾ ਜਿਹਾ ਇੱਟ ਜਿਹੀ ਲਿਆ ਕੇ ਉਰੇ ਖੜੇ ਕੋਈ ਇੱਟ ਚੱਕ ਲੈ ਚੱਕ ਲੈ ਬਈ ਲਿਆ ਹੁਣ ਇੱਟਾਂ ਦੋ ਤਿੰਨ ਇੱਟਾਂ ਹੋਰ ਆਣਗੀਆਂ ਮੁੰਡਾ ਕਰਾ ਫਿੱਟੇ ਚੱਕ ਲੋ ਦੋ ਭੱਠੀਆਂ ਲੋਣੀਆਂ ਆ ਬੰਦਾ ਨਹੀਂ ਕੰਮ ਕਰ ਰਿਹਾ ਇੱਕ ਇੱਟਾਂ ਫਿਰ ਪੂਰੀਆਂ ਨਹੀਂ ਹੋਣੇ ਦੋ ਭੱਠੀਆਂ ਜਿੰਨੀਆਂ ਇੱਟਾਂ ਪੂਰੀਆਂ ਕਰ ਆਮਨ ਕਿਤੋਂ ਮਰਜੀ ਜਾਏ ਕੰਧ ਢੇੜ ਲਾ ਕੋਠੀ ਨੂੰ ਵਾਡਾ ਲਾ ਕੋਠੀ ਨੂੰ ਵਾਡਾ ਲਾ ਲੈ ਜਾਏ ਉੱਤੀ ਹਲਵਾਈ ਜਾ ਕੇ ਦਰੋ ਬਣਾਈ ਜਦੋਂ ਬਾਅਦ ਕਹਿੰਦੀ ਕੋਈ ਵੀਰ ਉੱਧਰ ਹੀ ਆ ਐ ਤੈਨੂੰ ਭੁੱਖ ਲੱਗ ਰਹੀ ਹੈਗੀ ਉਹ ਹਲਵਾਈ ਨਹੀਂ ਹੈਗਾ ਭੁੱਖਾ ਵੀ ਐ ਮੜਾ ਜਿਹਾ ਆਲਵਾਲ ਹੋ ਰਿਹਾ ਤੂੰ ਤਾਂ ਹੋ ਰਿਹਾ ਓਏ ਓਏ ਲਾਈਵ ਚ ਨਾ ਲੈ ਲਈ ਮੈਨੂੰ ਮੈਟਾ ਤੱਕ ਲੱਗਾ ਹੁਣ ਅੱਛਾ ਚੱਲ ਠੀਕ ਆ ਨਹੀਂ ਲੈਂਦੇ ਬਾਈ ਤੁਹਾਨੂੰ ਸਪੈਸ਼ਲ ਹੈ ਉਹ ਨਹੀਂ ਲੈਂਦੇ ਡੱਬੇ ਤੋਂ ਆਇਆ ਹੈ ਸਪੈਸ਼ਲ ਇੱਟਾਂ ਚੱਕਣ ਵਾਲਾ ਹਾਂ ਡੱਬੇ ਤੋਂ ਸਪੈਸ਼ਲ ਦੋ ਤਾਂ ਆਲਵਾਲ ਹੋ ਰਿਹਾ ਉਹਨੂੰ ਭੁੱਖ ਜ਼ਿਆਦੇ ਲੱਗ ਰਹੀ ਉਹਨੂੰ ਖਵਾ ਦੋ ਕੁਛ ਸ਼ੁਰੂਆਤ ਮੈਂ ਤਾਂ ਕਹੀ ਤਾਂ ਜਾਂਦਾ ਵੀ ਚੱਲ ਰੋਟੀ ਖਾ ਲਓ ਜ਼ਿਆਦੇ ਪਤਾ ਨਹੀਂ ਕੀ ਆਪਸ ਜੇ ਬੋਲੀ ਜਾਂਦਾ ਇਕੱਲੇ ਹੀ ਪਤਾ ਨਹੀਂ ਕਹਿੰਦਾ ਹਲਵਾਈ ਨੂੰ ਇੱਥੋਂ ਚੱਕ ਕੇ ਫੜਾਈ ਚੱਲੋ ਕਹਿੰਦਾ ਇੱਟਾਂ ਫਿਰ ਕਹਿੰਦੇ ਵੀ ਪੂਰੀਆਂ ਹੋ ਗਈਆਂ ਜਦੋਂ ਇੱਟਾਂ ਪੂਰੀਆਂ ਹੋ ਗਿਆ ਉਹਨੂੰ ਬੋਲ ਲਿਓ ਨਾ ਕੱਢੀ ਜਾਣ ਦੋ ਦੋ ਨੇ ਪਿੱਛੇ ਆ ਇੱਕ ਚਿੜੀ ਨਹੀਂ ਹੈਗੀ ਦੇਖੋ ਇਹਦਾ ਨੱਟ ਚੜਦਾ ਨੇ ਆਪਾਂ ਪਹਿਲੀ ਵਾਰ ਨਹੀਂ ਇਹਦਾ ਨਾ ਕੇ ਚੱਲਦਾ ਹੁੰਦਾ ਪਹਿਲੀ ਵਾਰ ਬਿੰਦਾ ਮੈਂ ਜੀ ਤਾਂ ਭੁੱਲ ਗਏ ਦੀ ਉੱਥੇ ਇਹਦੇ ਦੋ ਚਿੜੀਆਂ ਨੇ ਪਿੱਛੇ ਹਾਂ ਦੋ ਨੇ ਓਏ ਰੱਬ ਦੀ ਕਿਰਪਾ ਦੀ ਦੇਣ ਰੱਬ ਦੀ ਦੇਣ ਹੈ ਆਪਣੇ ਤੋਂ ਬਾਗ ਆ ਦੇਖ ਇਧਰ ਬਾਹਰ ਦੇਖ ਕਿੰਨੇ ਨੰਬਰ ਆਊਗਾ ਆ ਗਿੱਲਾ ਜਿਹਾ ਕਿਹੜਾ ਪਿਆ ਗਿਆ ਦਿਖਾਈ ਨਿਸ਼ਾਨਾ ਪੂਰਾ ਕਾਇਮ ਹੈ ਮਾਨਾ ਤੇਰੀ ਅੱਖ ਦਾ ਹਨਾ ਇਹਨੂੰ ਛੱਡ ਕੇ ਹਲਵਾਈ ਲਵੇ ਸਾਰੇ ਚੱਲ ਜਾਣਗੇ ਨਾਲੇ ਦੁਬਾਰੇ ਤਾਂ ਹੁਣੇ ਪੈਣਗੇ ਹੁਣ ਬਾਲਾ ਤਗੜਾ ਕੀ ਇੱਕ ਹੱਥ ਨਾਲ ਉੱਥੇ ਚੜ ਜਾਂਦਾ ਹੈ ਐਵਰੈਸਟ ਤੇ ਮਾਊਂਟ ਤੇ ਇੱਕ ਹੱਥ ਨਾਲ ਫਾਇਰ ਕਰਦਾ ਸਵਾਹਾ ਹਵਨ ਕਰੇ ਗਏ ਹੈ ਬੇਬੇ ਨੂੰ ਡਰ ਲੱਗਦਾ ਅੱਗ ਤੋਂ ਕੰਮ ਤਾਂ ਆਪੇ ਹੁੰਦੇ ਰਹਿਣੇ ਨੇ ਕਿਉਂ ਮੁੰਡਿਓ ਹੇ ਮੈਨ ਵੀਡੀਓ ਬਣ ਦੀ ਠੀਕ ਆ ਲੈ ਕਰਦੇ ਜਾਣ ਯਾਰ ਖੜਾ ਖੜ ਜਾ 1 2 3 ਚੱਲ ਆਏ ਹਾਏ ਤੇਰੇ ਸਾਦਕੇ ਬ੍ਰਾਊਨ ਬੋਏ ਚਲੋ ਮੁੰਡਾ ਫਟਾਫਟ ਫਟਾਫਟ ਕੰਮ ਫਟਾਫਟ ਇਹ ਹੁਣ ਨਹੀਂ ਦਿਖਣੀ ਬੱਚਾ ਇਹ ਦਿਖੇਗੀ ਕਾਫੀ ਦਿਨਾਂ ਬਾਅਦ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਦਿਖੂਗੀ ਪਰ ਦਿਖ ਜੂਗੀ ਤੈਨੂੰ ਠੀਕ ਆ ਓਕੇ ਘਰੇ ਭੇਜ ਦੂੰਗਾ ਤੇਰੇ ਮੈਂ ਲਿਫਾਫੇ ਚ ਪਾ ਕੇ ਪਾਰਸਲ ਕਰੂੰਗਾ ਤੈਨੂੰ ਪਤਾ ਹੈ ਅਸੀਂ ਬਲੌਗਰ ਬੰਦੇ ਇਹਨੂੰ ਪਤਾ ਕਿਹੜੇ ਟਾਈਮ ਕਿਹੜੇ ਵੇਲੇ ਕਿੱਥੇ ਕੈਮਰਾ ਲਾ ਕੇ ਆ ਜੀ ਹਾਂ ਕੀ ਕੰਮ ਕਰਨਾ ਹਾਂ ਪੈਪ ਪੈਪ ਚਲਾ ਦਿੰਦੇ ਆ ਪੈਪ ਚਲਾਉਣਾ ਮੈਂ ਤੂੰ ਪੂਰੀ ਧੋਦੀ ਇਹ ਚ ਕੋਈ ਨਾ ਕਰਦਾ ਖੜ ਜਾ ਇਹਦਾ ਕਾਮਯਾਬ ਨਹੀਂ ਹੈਗੀ ਟੂਟੀ ਚੱਲ ਪੀ ਐਨ ਸੇਵਾ ਕਰਦੇ ਆ ਪੂਰੀ ਜੱਗੀ ਦੇ ਸਾਗਰ ਦਾ ਪ੍ਰੋਗਰਾਮ ਆ ਵੀਰੇ ਓਏ ਸੰਦੀਪ ਜਾਣਕਾਰੀ ਦੇ ਕੁਛ ਕੱਲ ਨੂੰ ਕੀ ਪ੍ਰੋਗਰਾਮ ਹੈ ਕਿਹਦਾ ਇਹਦਾ ਸਾਗਰ ਪ੍ਰੋਗਰਾਮ ਤਾਂ ਮੈਨੂੰ ਵੀ ਨਹੀਂ ਪਤਾ ਅੱਛਾ ਬਸ ਆ ਗਏ ਹੈ ਇੱਕ ਐਂ ਪਤਾ ਵੀ ਤੜਕੇ ਆ ਉੱਥੋਂ ਹਲਵਾਈ ਕੋਲੋਂ ਚਾਏ ਚਾਏ ਜਲੇਬੀਆਂ ਨਾ 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 ਉਹ ਬਾਈ ਕਹਿੰਦੇ ਇਹ ਕੰਮ ਕੰਮ ਬੰਦਿਆਂ ਦੀ ਘਾਟ ਸੀ ਅੱਛਾ ਹਾਂ ਉਹ ਕੰਮ ਕੱਢ ਕੇ ਆਏ ਵੀਰੇ ਬਈ ਕੰਮ ਕਰਾਉਣ ਅੱਛਾ ਕੰਮ ਕਰਾਉਣ ਵਾਸਤੇ ਸਪੈਸ਼ਲ ਡੱਬੇ ਤੋਂ ਪਹੁੰਚਿਆ ਚੱਲ ਓਕੇ ਜਾਓ ਹਲਵਾਈ ਕੋਲੇ ਖੜੋ ਕੋਈ ਘਾਟ ਮਹਿਸੂਸ ਹੁੰਦੀ ਹੈ ਜੇ ਕਰੋ
हलवाई लवे एक बंदा पक्का होना चाहिए केड़ा होगा पक्का जा तू हो जा दो किलो टमाटर छड के सारे चढ़े दो किन्ने 5 किलो ने की चाहिदा लोन मिर्च हल्दी कित्थे लाएगा ओरा डब्बे डुके दे दूंगा आ आ के एक भाई टमाटर गया सी उन्हें टमाटर नहीं लब्बे मेनू सारे 2 किलो कट के हट सारे गड्डे गुड्डे भी हैगे तो बाबे कली लाइट लाई हुई लैके आया बस कर होना कितना टाइम हो गया हाथ धोने भाई काले हो गए करते रोटी खा रही फिर चल एसबीएल लाइव हो जूगा ये मिर्च ना दर दी दर दे बस ऐसे एक बस एक मिनट हूं कहे कहते सब्जी लिया की लोड़ नहीं संदीप बस तैयारी किन्ने के टाइम का होंगे ये प्रोसेस सारा बाकी हूं अपना यह प्रोग्राम हो गया सवेरे आप जलेबियां कटनिया ने सब्जियां बनानी ने ठीक है सवेरे 4 बजे मारे चाल 5 बजे तैयार हो गया ਕਦੇ ਸੰਦੀਪ ਨੂੰ ਰੋਟੀ ਘਰੇ ਨੂੰ ਪੁੱਛ ਕੇ ਕਦੇ ਕੋਈ ਘਾਟ ਘੁੱਟ ਤਾਂ ਨਹੀਂ ਹੁਣ ਮਿੱਟੀ ਦਾ ਥੱਲੇ ਭਰਦਾ ਹੈ ਬੰਦੇ ਵੱਧ ਤੇ 9 ਵਜੇ ਉੱਥੇ ਜਾ ਲੱਗ ਰਹੇ ਨੇ ਕਰਨ ਸੰਦੀਪ ਹੋਰ ਹੀ ਰੋਟੀ ਖਾਣ ਲੱਗ ਰਹੇ ਉਹਨਾਂ ਦਾ ਹਾਲ ਚਾਲ ਪੁੱਛਾ ਵੀ ਵਧੀਆ ਓਕੇ ਫਿਰ ਹਲਵਾਈ ਲਵੇ ਬਾਈ ਉਰੇ ਮੈਂ ਖੜਦਾ ਕੋਈ ਨਾ ਹਾਂਜੀ ਹੋਰ ਕੀ ਕਰਨਾ ਨਾ ਬੇਇੱਜ਼ਤੀ ਕਰਨਗੇ ਮੇਰੀ ਕਰਨੀ ਬਾਤ ਹੋਣੀ ਬੇਇੱਜ਼ਤੀ ਨਹੀਂ ਕਰਦੇ ਉਹ ਐ ਪੁੱਛਣੇ ਨਹੀਂ ਹਾਂ ਬਈ ਇੱਜ਼ਤ ਇਹ ਕਰਨਗੇ ਮੇਰੀ ਮੈਨੂੰ ਪਤਾ ਹੈ बारिश कोई खानी करी देना पार्टी पूछ रहे हैं पार्टी कदों होगी कल जलेबियां बनावांगे
ਰੋਟੀ ਪਾਣੀ ਦੀ ਸੇਵਾ ਚੱਲ ਰਿਹਾ ਕੰਮ ਹਾਂ ਟੋਪ ਤੇ ਸਾਰਾ ਕੰਮ ਚੱਲਦਾ ਨਾਲ ਨਾਲ ਚੱਲ ਓਏ ਥੱਲੇ ਦਿਖਾਉਣੇ ਵੀ ਇਹਨੇ ਕੇਕ ਫੜਿਆ ਹੋਇਆ ਅੰਦਰ ਜਾ ਕੇ ਜਮਾ ਕਰਾਇਆ ਫਰਿਜ ਮੁੜ ਕੇ ਤਾਂ ਵੇਖ ਸੋਣੀਏ ਮੁੰਡਾ ਹੋਰ ਨਾ ਬਲੋ ਕਰਦਾ ਇੱਕ ਮਿੰਟ ਬਾਲਾ ਸਮਝਦਾ ਸਾਰਿਆਂ ਨੂੰ ਸਵੇਰੇ ਸੁਨੇਹਾ ਸਟਾਰਟ ਕਰਾਂਗੇ ਇਹ ਨੀ ਫਲੇਟ ਟਿਕਦੀ ਉਹ ਦੂਈ ਟਿਕਦੀ ਦੂਈ ਟਿਕੋ ਦੂਈ ਯਾਰ ਪਿੱਛੇ ਟਿਕ ਤੁਸੀਂ ਤੁਸੀਂ ਇਸ ਟਾਈਮ ਕੱਪੜਾ ਲੱਭੋ ਮਾੜਾ ਤਾਰੀ ਹੋਏ ਮੇਰੇ ਲਵੇ ਟਾਈਮ ਪਾਸ ਨੂੰ ਬਥੇਰੇ ਨੇ ਬਈ ਮੈਂ ਤੇਰਾ ਕਿਉਂ ਟਾਈਮ ਖਰਾਬ ਕਰੂੰਗਾ ਬਾਕੀ ਨੇ ਮੇਰੇ ਟਾਈਮ ਪਾਸ ਹੱਥ ਚੱਲਦੇ ਹੁੰਦੇ ਦੀ ਕਹਿੰਦਾ ਇਹ ਦੀਗਾ ਐ ਲਿਖਦੇ ਐਚ ਕਲੀ ਮੈਂ ਬੁੱਕਸ ਸੇਲਸਮੈਨ ਕਿੱਧਰ ਚੱਕਿਆ ਮੂੰਹ ਆਪਾਂ
पग किधर लाके रख दी उधर कित्थे पइया दस्सी इहनू चल चल आप ही बागां नाले माड़ा जिहा गेट खुल्ला हैलो गेट बंद नहीं यार तू ओए ओए नौ बजा इनू ना ठालो फिर अपने काले ब्रादर नू लैन जा रहे हैं जाखल तो ट्रेन च चार ता गए कई कांड ना हो जाए मार मूर नहीं सकते साले हो रहे बस एक नॉन वेज बना दी मारते मूरते नहीं आए कहते कोई कांड हो सकता ता करके चाला वाटा लिया भाई चाला वाटा लिया पैर साढ़े आमन भाई जी पहुंच चुके ने होर चादा वाटा हाई मुंडे चल रही ने तैयारियां आओ संदीप जी लग रहे हो कट्टन दबा दब मुंडे फटे खड़ी ने कदरड़ी पाजदा ओए आ कर रहे ओए लगी मुंडे भरा बिंका वाकया को मेरा निशाना कच्ची चल बहुत ही होंगे थकते हैं लेट हो गया अपना एक बंदा आ रहा मिनट मार मिनट आन दे उरे मैं थे पहला पानी की ड्यूटी रखनी पड़ेगी एक बंदे को कोई ना मैं कर दूंगा तू रहेगा पानी पे कोई ना मैं कर दूंगा खा लेंगे भाई पी बस अपन खा के ही अच्छा ये पानी आ जा पर गुरमिंदर को फड़ाना Thank you.
ਕੱਢ ਕੇ ਜਾਣੀ ਵੈਸੇ ਤਾਂ ਰਹਿ ਗਈ ਆਪਣੀ ਹੁੰਦਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਠੀਕ ਹੋ ਹੋਰ ਬਾਈ ਨੰਬਰਦਾਰ ਵਧੀਆ ਆਵਾਜ਼ ਤਾਂ ਰਹਿ ਗਏ ਦੀ ਕਿੱਥੇ ਲੁਕੇ ਬੈਠੇ ਨੇ ਦੇਖ ਨਹੀਂ ਪਈ ਉਹ ਪਾਰਿਆ ਕਰ ਪਈ ਤਾਂ ਕੋਈ ਨਾ ਬਸ ਤਾਂ ਆਇਆ ਤਾਂ ਦਿੱਤਾ ਨਹੀਂ